ਅਸਲਾਮੁਅਲੈਕਮ ਮੈਂ ਆ ਰਿਜ਼ਵਾਨ ਫੈਕਟਰੀ ਵਾਲਾ ਤੇ ਅੱਜ ਦੀ ਆਪਣੀ ਜਿਹੜੀ ਇਹ ਵੀਡੀਓ ਹੈ ਉਹ ਹੈ Google Assistant ਤੇ ਇਹ ਅਸਿਸਟੈਂਟ ਕੀ ਹੈ ਇਹ ਅਸਿਸਟੈਂਟ ਇੱਕ ਕੁੜੀ ਹੈ ਜਿਹੜੀ Google ਕੋਲੇ ਠੀਕ ਹੈ ਇੱਕ ਕੁੜੀ ਬੋਲਦੀ ਹੈ ਦੇ ਵਿੱਚ ਕਰਦੀ ਕੀ ਹੈ ਤੁਸੀਂ ਉਹਦੇ ਕੋਲ ਜਿਹੜਾ ਵੀ ਸਵਾਲ ਕਰੇ ਸੋ ਉਹ ਕੁੜੀ ਤੁਹਾਨੂੰ ਜਵਾਬ ਦੇ ਸੀ ਠੀਕ ਹੈ ਜਿਵੇਂ ਹੈਲਪ ਲਾਈਨ ਤੇ ਤੁਸੀਂ ਕਾਲ ਮਿਲਾਂਦੇ ਹੋ ਤਾਂ ਅੱਗੇ ਕੁੜੀ ਬੋਲਦੀ ਹੈ ਇਸੇ ਤਰੀਕੇ ਨਾਲ ਇੱਥੇ Google Assistant ਤੇ ਤੁਸੀਂ ਜਾ ਕੇ ਕੋਈ ਵੀ ਸਵਾਲ ਕਰ ਦਿਓ ਕਿ ਮੈਨੂੰ ਦੱਸ ইমরান ਖਾਨ ਦੀ بیوی ਦਾ ਕੇਨਾ ਹੈ ਇੱਕ Google Assistant ਤੁਹਾਨੂੰ ਦੱਸੇ ਸੀ ਕਿ ইমরান ਖਾਨ ਦੀ بیوی ਦਾ ਕੇਨਾ ਹੈ ਠੀਕ ਹੈ ਤੁਸੀਂ ਪੁੱਛਣਾ ਚਾਹਦੇ ਹੋ ਪਾਕਿਸਤਾਨ ਦੀ ਆਬਾਦੀ ਕਿੰਨੀ ਹੈ ਤੁਹਾਨੂੰ ਕੋਈ ਵੀ ਸ਼ਹਿ ਤੰਗ ਕਰ ਰਹੀ ਹੈ ਤੁਹਾਨੂੰ ਪਤਾ ਕੋਈ ਨਹੀਂ ਤੁਸੀਂ ਜਾਣਾ Google Assistant ਤੋਂ ਪੁੱਛਣਾ ਤੁਹਾਨੂੰ ਦੱਸ ਦੇ ਸੀ ਤੁਹਾਡੇ ਵਾਸਤੇ ਆਸਾਨੀ ਹੋ ਗਈ ਅੱਛਾ ਅਸਲ ਵਿੱਚ ਇਹ ਫਾਇਦਾ ਫਾਇਦੇਮੰਦ ਹੈ ਖਾਸ ਤੌਰ ਤੇ ਉਹਨਾਂ ਵਾਸਤੇ ਜਿਹੜੇ ਪੜ੍ਹ ਲਿਖੇ ਕੋਈ ਨਹੀਂ ਠੀਕ ਹੈ ਜਿਨ੍ਹਾਂ ਨੂੰ ਲਿਖਣਾ ਨਹੀਂ ਆਂਦਾ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਂਦਾ ਉਹ ਭਾਈ ਬੋਲਣਾ ਤਾਂ ਆਉਂਦਾ ਹੈ ਹੈ ਤੇ ਭਾਈ ਉਹਨੂੰ ਬੋਲ ਕੇ ਆਖਸੋ ਤੁਸੀਂ ਗੂਗਲ ਅਸਿਸਟੈਂਟ ਉਹ ਸ਼ਾਇਦ ਨਾ ਆਏ ਕਿ ਤੁਸੀਂ ਉਹਨੂੰ ਬੋਲ ਕੇ ਆਖਸੋ ਕਿ ਮੈਨੂੰ ਫਲਾਣੀ ਸ਼ਾਇਦਾਸ ਮੈਨੂੰ ਦੱਸ ਮੈਂ ਕਿਹੜੇ ਮੌਸਮ ਵਿੱਚ ਕਿਹੜੀ ਫਸਲ ਬੋਵਾਂ ਠੀਕ ਹੈ ਤੇ ਉਹ ਤੁਹਾਨੂੰ Google ਅਸਿਸਟੈਂਟ ਦੱਸੇ ਭਾਈ ਇਹ ਕੰਮ ਇਸੇ ਤਰੀਕੇ ਨਾਲ ਐਵੇਂ ਮੇ ਕਰ ਲਓ ਪੂਰੀ ਗੱਲ ਦੱਸੇ ਸੀ ਸਾਰੀ ਮਾਲੂਮਾਤ ਦੇ ਸੀ ਅੱਛਾ ਇਹ ਵੀ ਨਹੀਂ ਕਿ ਸਿਰਫ ਇਹਨਾਂ ਪੜ੍ਹ ਵਾਸਤੇ ਹੀ ਹੈ ਇਹ ਪੜ੍ਹੇ ਲਿਖਿਆ ਵਾਸਤੇ ਹੀ ਫਾਇਦੇਮੰਦ ਹੈ ਕਿਵੇਂ ਭਾਈ ਸਾਡਾ ਟਾਈਮ ਬਚਾਈਂਦੀ ਹੈ ਠੀਕ ਹੈ ਅਸੀਂ ਹੁਣ ਕੋਈ ਸ਼ਾਇ Google ਤੇ ਜਾ ਕੇ ਲਿਖਣ ਤੇ ਜਿਹੜਾ ਟਾਈਮ ਲਾਉਣਾ ਹੈ ਠੀਕ ਹੈ ਹਰਜ਼ ਕਰੋ ਮੈਂ ਪੁੱਛਣਾ ਹੈ ਭਾਈ ਸਰਫ ਕਿਵੇਂ ਪੜਦਾ ਹੈ ਮੈਂ ਉਹ ਨੂੰ ਅਗਰ ਜਾ ਕੇ ਲਿਖਾਂ ਹਾਊ ਟੂ ਮੇਕ ਵਾਸ਼ਿੰਗ ਪਾਊਡਰ ਮੇਰੇ ਤੇ 3 ਮਿੰਟ ਲੱਗ ਜਾ ਸਣ ਠੀਕ ਹੈ ਤੇ ਜੇ ਮੈਂ ਗੂਗਲ ਅਸਿਸਟੈਂਟ ਨੂੰ ਆਖਾਂ ਬਈ ਮੈਂ ਇਹਨੂੰ ਦੱਸ ਵਾਸ਼ਿੰਗ ਪਾਊਡਰ ਕਿਵੇਂ ਬਣਦਾ ਹੈ ਉਹ 3 ਸਕਿੰਟ ਲੱਗੇ ਤੇ ਫਾਇਦਾ ਤਾਂ ਹੋਇਆ ਨਾ ਤੇ ਇਸ ਤਰੀਕੇ ਨਾਲ ਇਹ ਗੂਗਲ ਅਸਿਸਟੈਂਟ ਸਾਡੇ ਵਾਸਤੇ ਬੜੀ ਕੰਮ ਦੀ ਸ਼ੈ ਹੈ ਲਿਆਜ਼ਾ ਤੁਸੀਂ ਮੋਬਾਈਲ ਲਓ ਉਹਦੇ ਵਿੱਚ ਗੂਗਲ ਅਸਿਸਟੈਂਟ ਨੂੰ ਇਸਤੇਮਾਲ ਕਰੋ ਤੇ ਆਪਣਾ ਟਾਈਮ ਬਚਾਓ ਆਪਣਾ ਫਾਇਦਾ ਕਰੋ ਬਹੁਤ ਸ਼ੁਕਰੀਆ ਤੁਸੀਂ ਮੇਰੀ ਵੀਡੀਓ ਵੇਖੀ